यार इत्थे आण दे एक चीज़ का पता चलिया सानू कि यार रात ना इत्थे कोई तकरीबन 60-70 बंदा हैगा सी जिहड़ा कि जिहड़ा ना वो बेड़े तो जिहड़ा ना मेरे ख्याल एक साइड तो दूसरी साइड तक जा रहा है सी। ये जगह का मैं नाँ का नहीं पता, मजीद उत्थे जा के बंदे नाल गल करांगे, उन्होंने पुछा दसांगे इस बारे। 60-70 बंदा हैगा सी ते कोई विच माइया है सी, 25 मोटरसाइकिल हैगे सी, 25 मोटरसाइकिल नहीं मतलब 25-30 मोटरसाइकिल हैगे सी विच, उस बेड़े दे 40 बोरी खाद दी हैगी सी। ते ओ जिहड़ा ना किधरे रस्ते दे विच जिहड़ा ना दरिया दे विच जिहड़ा ना बुड़ गया हैगा इह। ਤੇ ਯਾਰ ਬਹੁਤ ਅਫਸੋਸ ਹੋਇਆ ਤੇ ਮਜ਼ੀਦ ਇਨਸ਼ਾਅੱਲਾ ਤੁਹਾਨੂੰ ਉੱਥੇ ਜਾ ਤੇ ਉੱਥੋਂ ਦਾ ਤੁਹਾਨੂੰ ਵਿਖਾਣਾ ਹੈ ਕੀ ਸੂਰਤ ਹਾਲ ਹੈਗੀ ਹੈ। ਕਿਤਨੇ ਕੁਛ ਕਾਫੀ ਲੋਕ ਰੈਸਕਿਊ ਵੀ ਕਰ ਲੈਣੇ ਤੇ ਕੋਈ ਜਿਹੜਾ ਨਾ ਹਾਲੇ ਤੱਕ ਨਹੀਂ ਹੋਏ ਹਨ। ਕਿਨਾਂ ਦੇ ਇੱਕ ਬੱਚਾ ਸੀ ਥੋੜੀ ਦੇਰ ਪਹਿਲੇ ਐਸੇ ਨਹਿਰ ਦੇ ਉੱਤੇ ਹੀ ਖੜੇ ਆ ਨਾ, ਇਹ ਤਕਰੀਬਨ ਪਿੱਛੇ ਪਿੰਡ ਹੈਗਾ, ਇੱਥੇ ਇੱਕ ਛੋਟੇ ਬੱਚੇ ਦਾ ਜਨਾਜ਼ਾ ਹੋ ਗਿਆ ਸੀ ਤੇ ਉਹਨੂੰ ਦਫਨਾ ਰਹੇ ਸੀ ਤੇ ਅਸੀਂ ਉੱਥੇ ਰੁਕੇ ਹਾਂ ਵੀ ਇੱਥੇ ਰਸ਼ ਕਿਸ ਚੀਜ਼ ਦਾ। ਉਹਨਾਂ ਨੇ ਕੀਤਾ ਵੀ ਉਹ ਇਵੇਂ ਜਿਹੜਾ ਨਾ ਬੇੜੇ ਵਾਲੇ ਬੇੜੇ 'ਚ ਬੱਚਾ ਡੁੱਬਿਆ ਸੀ ਜਿਹੜਾ ਉਹਦੀ ਇੱਕ ਲਾਸ਼ ਬਰਾਮਦ ਹੋਈ, ਇੱਥੋਂ ਦਾ ਜਨਾਜ਼ਾ ਪੜਾ ਰਹੇ ਹਨ। ਅਤੇ ਮਜ਼ੀਦ ਉੱਥੇ ਚੱਲ ਤੇ ਤੁਹਾਨੂੰ ਵਿਖਾਉਂਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਰਹਿਆ ਜੇ। ਹਾਂਜੀ, ਅਤੇ ਤੁਸੀਂ ਆਹ ਵੇਖਦੇ ਪਏ ਸੋ ਕਿ ਅਸੀਂ ਇਸ ਰੋਡ ਦੇ ਉੱਤੇ ਜਿਹੜੇ ਤੇ ਜਾ ਰਹੇ ਹਾਂ, ਇਹ ਉਹ ਰੋਡ ਹੈਗਾ ਇਹ ਜਿਹੜਾ ਕਿ ਟੁੱਟਿਆ ਹੈ ਅਤੇ ਪਾਣੀ ਅੱਗੇ ਕ੍ਰਾਸ ਕਰ ਗਿਆ ਸੀ। ਅਤੇ ਇਸ ਰੋਡ ਦੇ ਉੱਤੇ ਬਿਲਕੁਲ ਨਜ਼ਦੀਕ ਹੀ ਆ ਵੇਖ ਰਹੇ ਪੈਂਦੇ ਤੁਸੀਂ, ਪਾਣੀ ਬਹੁਤ ਜ਼ਿਆਦਾ ਨਾਲ ਨਾਲ ਫਸਲਾਂ ਦੇ ਵਿੱਚ ਵੀ ਪਾਣੀ ਆ ਗਿਆ ਹੈ। ਅਤੇ ਇਸ ਰੋਡ ਦੇ ਉੱਤੇ ਜਿਹੜਾ ਨਾ ਉਹ ਬੇੜਾ ਬੁੱਢਿਆ ਹੈ, ਥੋੜ੍ਹਾ ਜਿਹਾ ਅੱਗੇ ਜਾਵਾਂਗੇ ਤੁਹਾਨੂੰ ਵਿਖਾਵਾਂਗੇ, ਤੁਸੀਂ ਵੀ ਜਿਹੜਾ ਨਾ ਸਾਡੇ ਨਾਲ ਜੁੜੇ ਰਹੋ ਜੇ। ਇਹ ਵੇਖੋ ਸਾਹਮਣੇ ਮੋਟਰਸਾਈਕਲ ਜਾ ਰਿਹਾ, ਇੱਧਰ ਚਾਰ ਚੁਫੇਰੂ ਪਾਣੀ ਹੈਗਾ ਇਹ, ਤੁਹਾਨੂੰ ਮਜ਼ੀਦ ਵਿਖਾਉਣੇ ਹੈ। ਅਤੇ ਮੇਰੇ ਖਿਆਲ ਨਾਲ ਸਾਹਮਣੇ ਐਂਬੂਲੈਂਸ ਆ ਰਹੀ ਹੈ, ਇਹ ਐਂਬੂਲੈਂਸ ਹੈਗੀ ਸੀ, ਇਹ ਮੇਰੇ ਖਿਆਲ ਨਾਲ ਬਹੁਤ ਐਮਰਜੈਂਸੀ ਜਾ ਰਹੀ ਹੈ, ਸਪੀਡ ਜਾ ਰਹੀ, ਮੇਰੇ ਖਿਆਲ ਨਾਲ ਕੋਈ ਡੈੱਡ ਬੋਡੀ ਬਰਾਮਦ ਹੋਈ ਹੈ, ਮਿਲੀ ਹੈ ਜਿਹੜੀ, ਅਤੇ ਉਹਨੂੰ ਲੈ ਕੇ ਚੱਲੀ ਹੈ। ਅਤੇ ਮਜ਼ੀਦ ਤੁਸੀਂ ਸਾਡੇ ਨਾਲ ਵੇਖੋ ਯਾਰ, ਮੈਨੂੰ ਇਤਨੇ ਮੋਟਰਸਾਈਕਲ ਦੀ ਨਹੀਂ ਸਮਝ ਆਉਂਦੇ, ਇਤਨੇ ਮੋਟਰਸਾਈਕਲ, ਹਾਂ ਉੱਥੇ ਬੇੜਾ ਡੁੱਬਿਆ ਨਾ, ਇਸ ਕਰਕੇ ਰਸ਼ ਬਹੁਤ ਜ਼ਿਆਦਾ ਆਉਣਾ, ਇਸ ਕਰਕੇ ਬਹੁਤ ਜ਼ਿਆਦਾ ਮੋਟਰਸਾਈਕਲ ਹੈਗੇ ਨੇ। ਇਹ ਵੇਖ ਰਹੇ ਨੇ ਆਪਣੇ ਅਜ਼ੀਜ਼ੋ ਕਾਰ ਨੂੰ ਕੋਈ ਲੱਭਣ ਵਾਸਤੇ ਜਾ ਰਹੇ ਨੇ, ਕੋਈ ਕਿਵੇਂ ਕੋਈ ਕਿਵੇਂ। ਤੁਸੀਂ ਸਾਡੇ ਨਾਲ ਜੁੜੇ ਰਹੋ ਜੇ, ਅਸੀਂ ਤੁਹਾਨੂੰ ਮਜ਼ੀਦ ਅੱਗੇ ਚੱਲ ਕੇ ਵਿਖਾਉਂਦੇ ਹਾਂ। ਉਹ ਪੂਰਾ ਪਿੰਡ ਵਿੱਚ ਆ ਖੜੇ ਨਾ, ਜਾਣ ਦੇ ਹਾਂਜੀ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਹੈ ਜੀ? ਖੈਰੀਅਤ ਤੇ ਯਾਰ, ਅਸੀਂ ਤੁਹਾਨੂੰ ਦੱਸਿਆ ਸੀ ਨਾ ਕਿ ਜਿੱਥੇ ਬੇੜਾ ਬੁੱਢਿਆ ਹੈ ਅਸੀਂ ਉੱਥੇ ਜਾ ਰਹੇ ਹਾਂ, ਅਤੇ ਇਹ ਵੇਖ ਸਕਦੇ ਨੇ ਯਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਯਾਰ, ਪਿੱਛੇ ਦਰਿਆ ਦਾ ਪਾਣੀ ਹੈਗਾ ਇਹ, ਅਤੇ ਜਿਹਦੇ 'ਚ ਦੱਸਦੇ ਪਾ 70-80 ਬੰਦਾ ਹੈਗਾ ਸੀ, ਸਾਨੂੰ ਸੁਣਾਉਣੇ 'ਚ ਇਵੇਂ ਆਇਆ ਇਹ ਕੱਲ੍ਹ ਰਾਤ ਨੂੰ ਬੁੱਢਿਆ ਇਹ, ਅਤੇ ਕਾਫੀ ਰੈਸਕਿਊ ਵੀ ਕਰ ਲਿਆ ਗਿਆ ਹੈ, ਲੇਕਿਨ ਜਿਹੜਾ ਨਾ ਕੁਛ ਨਹੀਂ ਵੀ ਹੋਏ ਹਨ। ਅਤੇ ਤੁਹਾਨੂੰ ਮਜ਼ੀਦ ਅੱਗੇ ਚੱਲ ਕੇ ਵਿਖਾਉਣਾ, ਅੱਲਾ ਦੀ ਜ਼ਾਤ ਜਿਹੜਾ ਨਾ ਬਹੁਤ ਯਾਰ ਅਫਸੋਸ ਹੋਇਆ ਯਾਰ, ਕਿਆ ਤੁਹਾਨੂੰ ਵਿਖਾਉਣੇ ਹੈ। ਪਿੱਛੇ ਵੀ ਤੁਸੀਂ ਵੇਖ ਰਹੇ ਨੇ ਕਿਤਨੀ ਆਵਾਮ ਹੈਗੀ ਹੈ, ਅਤੇ ਅੱਗੇ ਚੱਲਦੇ ਵਿਖਾਉਣੇ ਹੈ। ਖੰਭਾ ਜੀ